ਦਿਆਂ ਤੇ ਉਹਨਾਂ ਦੇ ਗੁਨਾਹ ਅਤੇ ਉਹਨਾਂ ਦੇ ਪਰਿਵਾਰ ਬਾਰੇ ਦੱਸਣਾ ਚਾਹੁੰਦੀ ਹਾਂ। ਉਹ ਬਚਪਨ ਤੋਂ ਬਹੁਤ ਹੀ ਬਲਵਾਨ ਅਤੇ ਧਰਮ ਉਪਕਾਰੀ ਸਨ। ਉਹ ਕਹਿੰਦੇ ਸਨ ਕਿ ਆਪਾਂ ਨੂੰ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ। ਉਹ ਕਹਿੰਦੇ ਸਨ ਕਿ ਆਪਣਾ ਹੱਕ ਆਪਣੇ ਆਪ ਨਹੀਂ ਮਿਲਦਾ, ਆਪਣਾ ਹੱਕ ਲੈਣ ਵਾਸਤੇ ਆਪਾਂ ਨੂੰ ਲੜਾਈ ਕਰਨੀ ਚਾਹੀਦੀ ਹੈ। ਉਹ ਕਦੇ ਵੀ ਲੜਾਈ ਵਿੱਚ ਆਰਾਮ ਨਹੀਂ ਕਰਦੇ ਸਨ, ਉਹ ਆਪਣੇ ਦੇਸ਼ ਲਈ ਕੁਰਬਾਨ ਵੀ ਹੋ ਸਕਦੇ ਸਨ। ਧੰਨਵਾਦ ਦੋਸਤੋ, ਮੈਂ ਆਪ ਜੀ ਦੀ ਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸ਼੍ਰੀਦਿਕ ਇਮਾਨ ਨੂੰ ਸੰਨ ਲਾ ਕੇ ਤੂੰ ਨਾ ਬਣੇਗਾ ਕਦੀ ਮਹਾਨ ਸੂਬੇ, ਨਾਲ ਝੂਠਾ ਨਾ ਕਦੀ ਸੱਚ ਜਿੱਤ ਹੋਵੇ, ਬਣਿਆ ਰਹੇਗਾ ਸਦਾ ਸੈਤਾਨ ਸੂਬੇ। ਦਾਦੀ ਮਾਂ ਨੇ ਪਾਠ ਪੜ੍ਹਾਏ ਜਿਹੜੇ, ਅਸੀਂ ਉਹਨਾਂ ਅਸੂਲਾਂ 'ਤੇ ਖੜ੍ਹੇ ਰਹੀਏ, ਇੱਕ ਓਂਕਾਰ ਦੇ ਅੱਗੇ ਝੁਕਦੇ ਹਾਂ, ਅੱਗੇ ਜਾਲਮਾਂ ਦੇ ਸਦਾ ਅੜੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਵਿੰਗਾ ਚੌਥੀ ਜਮਾਤ ਤੋਂ। ਅੱਜ ਮੈਂ ਤੁਹਾਨੂੰ ਚਾਰ ਸਾਹਿਬਜ਼ਾਦਿਆਂ ਬਾਰੇ ਕੁਛ ਦੱਸਣਾ ਚਾਹੁੰਦੀ ਹਾਂ। ਅਸੀਂ ਕਲਗੀਧਰ ਦੇ ਲਾਡਲੇ ਮਾਂ ਜੀਤੋ ਜੀ ਦੇ ਲਾਲ, ਸਾਡਾ ਸ਼ੇਰਾਂ ਵਰਗਾ ਹੌਸਲਾ, ਹਾਥੀਆਂ ਵਰਗੀ ਚਾਲ। ਜੋ ਤੂੰ ਕਰਨਾ ਚਾਹੇ ਸੂਬਿਆ, ਉਹ ਕਰ ਲੈ ਸਾਡੇ ਨਾਲ, ਕੋਈ ਬਦਲ ਨਹੀਂ ਸਕਦਾ ਸਾਡਾ ਸਿੱਖੀ ਵੱਲੋਂ ਖਿਆਲ। ਬੋਲੇ ਸੋਨੀ ਹਾਲ, ਮੇਰਾ ਨਾਮ ਪ੍ਰਨੀਤ ਹੈ, ਮੈਂ ਚੌਥੀ ਜਮਾਤ ਵਿੱਚ ਪੜ੍ਹਦੀ ਹਾਂ। ਅੱਜ ਮੈਂ ਤੁਹਾਨੂੰ ਚਾਰ ਸਾਹਿਬਜ਼ਾਦਿਆਂ ਉੱਤੇ ਪੋਇਮ ਸੁਣਾਉਣਾ ਚਾਹੁੰਦੀ ਹਾਂ। ਲੱਗੀ ਸੂਬੇ ਦੀ ਕਚਾਰੀ, ਚਾਰੇ ਪਾਸੇ ਖੜੇ ਵੈਰੀ, ਛੋਟੇ ਛੋਟੇ ਬੱਚਿਆਂ ਪਰ ਹਿੰਮਤ ਨਾ ਹਾਰੀ। ਬੋਲੇ ਸੋ ਨਿਹਾਲ, ਬੋਲੇ ਕਿ ਇਹਾਂ ਵਿੱਚ ਖੜ ਜਾਣਗੇ, ਗੋਵਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ। ਧੰਨਵਾਦ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਕਸ਼ਿਸ਼, ਮੈਂ ਚੌਥੀ ਜਮਾਤ ਵਿੱਚ ਪੜ੍ਹਦੀ ਹਾਂ। ਅੱਜ ਮੈਂ ਸੋਨੂੰ ਸਾਹਿਬਜ਼ਾਦਿਆਂ ਬਾਰੇ ਕੁਝ ਦੱਸਣਾ ਚਾਹੁੰਦੀ ਹਾਂ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦੇ ਸਨ। ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਵੱਡੇ ਸਾਹਿਬਜ਼ਾਦੇ ਸਨ। ਬਾਬਾ ਜਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਛੋਟੇ ਸਾਹਿਬਜ਼ਾਦੇ ਸਨ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿੱਚ ਵਜ਼ੀਰ ਖਾਨ ਦੇ ਹੁਕਮ 'ਤੇ ਚਿਣਵਾ ਦਿੱਤਾ ਅਤੇ ਉਹ ਸ਼ਹੀਦ ਹੋ ਗਏ। ਅਰਦਾਸ ਸਮੇਂ ਇਹਨਾਂ ਦਾ ਨਾਂ ਬੜੀ ਸ਼ਰਧਾ ਅਤੇ ਸਨਮਾਨ ਨਾਲ ਲਿਆ ਜਾਂਦਾ ਹੈ। ਵਾਹਿਗੁਰੂ ਜੀ ਦਾ ਖਾਲਸਾ। ਮੇਰਾ ਨਾਮ ਚਿਰਾਗ ਰਿਹਾ, ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਹਾਂ। ਅੱਜ ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀ ਸ਼ਹੀਦੀ ਦੱਸੂੰਗਾ। ਉਹਨਾਂ ਦੇ ਚਾਰ ਪੁੱਤਰ ਸੀ। ਪਹਿਲੇ ਪੁੱਤਰ ਦਾ ਨਾਮ ਅਜੀਤ ਸਿੰਘ ਸੀ ਤੇ ਦੂਜੇ ਪੁੱਤਰ ਦਾ ਨਾਮ ਜਰਜਾਰ ਸਿੰਘ ਸੀ ਤੇ ਤੀਜੇ ਪੁੱਤਰ ਦਾ ਨਾਮ ਜੋਰਾਵਰ ਸਿੰਘ ਸੀ ਤੇ ਚੌਥੇ ਪੁੱਤਰ ਦਾ ਨਾਮ ਫਤਿਹ ਸਿੰਘ ਸੀ। ਉਹ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਦੀ ਤਰ੍ਹਾਂ ਬਹੁਤ ਹੀ ਬਹਾਦੁਰ ਸੀ। ਉਹਨਾਂ ਨੇ ਆਪਣਾ ਕੁਰਬਾਨੀ ਦੇ ਕੇ ਦਿੱਤਾ। ਵੱਡੇ ਦੋ ਪੁੱਤਰ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸੀ ਅਤੇ ਦੋਵੇਂ ਛੋਟੇ ਪੁੱਤਰ ਵਜ਼ੀਰ ਖਾਨ ਨੇ ਉਹਨਾਂ ਨੂੰ ਇਸਲਾਮ ਧਰਮ ਲਈ ਕਿਹਾ ਤਾਂ ਉਹਨਾਂ ਨੇ ਆਪਣੀ ਕੁਰਬਾਨੀ ਹੱਸਦੇ ਹੱਸਦੇ ਦੇ ਦਿੱਤੀ। ਅੱਜ ਵੀ ਉਹਨਾਂ ਦੀ ਯਾਦ ਵਿੱਚ ਸਰਹੰਦ ਵਿੱਚ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ। ਉਹ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਦੀ ਤਰ੍ਹਾਂ ਬਹੁਤ ਹੀ ਬਹਾਦੁਰ ਸਨ। Battle of Chamkaur. It is a story of courage and sacrifice.